तो सुजानपुर थाने में इंस्पेक्टर हरप्रीत कौर द्वारा एसएचओ का पदभार संभाल लिया गया है। इस मौके पर नवनियुक्त एसएचओ हरप्रीत कौर ने कहा कि क्षेत्र में गैर कानूनी माइनिंग बर्दाश्त नहीं की जाएगी। जो अभी गैर कानूनी माइनिंग करता पकड़ा गया है उसे किसी भी हालत में बख्शा नहीं जाएगा। तो उन्होंने कहा कि जनता के सहयोग के बिना पुलिस अपराधियों पर काबू नहीं पा सकती है, इसलिए उन्होंने जनता से अपील की है कि किसी भी असामाजिक तत्व की सूचना पुलिस को दे ताकि अपराध पर काबू पाया जा सके। ਹਾਂਜੀ ਮੈਮ, ਤੁਸੀਂ ਅੱਜ ਸੁਜਾਨਪੁਰ ਥਾਣੇ ਦਾ ਚਾਰਜ ਸੰਭਾਲਿਆ ਹੈ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ, ਸਾਡੇ ਮਾਣਯੋਗ ਐਸਐਸਪੀ ਸਾਹਿਬ ਦਲਜਿੰਦਰ ਸਿੰਘ ਢਿੱਲੋਂ ਸਰ ਨੇ ਮੈਨੂੰ ਇਹ ਚਾਂਸ ਦਿੱਤਾ ਐਸਐਚਓ ਸੁਜਾਨਪੁਰ ਲਈ। ਮੇਰੇ ਲਈ ਬਹੁਤ ਵੱਡੀ ਗੱਲ ਆ ਕਿ ਮੈਨੂੰ ਐਡੀ ਵੱਡੀ ਰਿਸਪੋਂਸੀਬਿਲਟੀਜ਼ ਜਿਹੜੀ ਸਰ ਨੇ ਸੌਂਪੀ ਆ। ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਗੱਲ ਕਹਿਣਾ ਚਾਹਾਂਗੀ, ਜਿਵੇਂ ਕਿ ਸਾਡੇ ਸੀਨੀਅਰ ਅਫਸਰਸ, ਸਾਡੀ ਗਵਰਨਮੈਂਟ ਦੀ ਇਹ ਪੋਲਿਸੀ ਆ ਕਿ ਫਸਟ ਪ੍ਰਿਓਰਟੀ ਰਹੂਗੀ ਕਿ ਅਸੀਂ ਇਲੀਗਲ ਮਾਈਨਿੰਗ ਜਿਹੜੀ ਹੈ ਨਾ ਉਹ ਆਪਣੇ ਏਰੀਏ 'ਚ ਬਿਲਕੁਲ ਨਹੀਂ ਹੋਣ ਦੇਣੀ। ਇਹ ਮੈਂ ਇਸ ਚੀਜ਼ ਨੂੰ ਕਹਿੰਦੀ ਹਾਂ ਕਿ ਅਗਰ ਕੋਈ ਇਲੀਗਲ ਮਾਈਨਿੰਗ ਕਰਦਾ ਫੜਿਆ ਗਿਆ ਉਸੇ ਟਾਈਮ ਉਸ 'ਤੇ ਪਰਚਾ ਦਿੱਤਾ ਜਾਊਗਾ ਅਤੇ ਉਹ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਲੀਗਲ ਮਾਈਨਿੰਗ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ। ਸੈਕਿੰਡ ਪੁਆਇੰਟ ਕਿ ਜਿਵੇਂ ਸਾਡੇ ਨਸ਼ੇ 'ਤੇ ਜਿਹੜੀਆਂ ਸਾਡੀਆਂ ਟਾਈਮ ਟੂ ਟਾਈਮ ਜਿਹੜੀਆਂ ਸਾਡੀਆਂ ਮੁਹਿੰਮ ਚੱਲਦੀਆਂ ਨੇ ਉਹ ਵੀ ਸਾਡੇ ਅੱਜ ਵੀ ਸਾਡਾ ਓਪਰੇਸ਼ਨ ਚੱਲ ਰਿਹਾ ਸੀ, ਓਪਰੇਸ਼ਨ ਸੀਲ 7 ਚੱਲ ਰਿਹਾ ਸੀ, ਉਹਦੇ ਤਹਿਤ ਤਾਂ ਹੈਜ਼ੀਟੇਟ ਨਾ ਕਰੇ ਬਿਕੋਜ਼ ਪੁਲਿਸ ਪਬਲਿਕ ਦਾ ਇੱਕ ਬੜਾ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਅਤੇ ਇਹਦੇ ਨਾਲ ਹੀ ਅਸੀਂ ਜਿਹੜੇ ਸਾਡੇ ਸ਼ੈਤਾਨ ਅੰਸਰ ਸਾਡੀ ਸੋਸਾਇਟੀ 'ਚ ਘੁੰਮਦੇ ਆ ਉਹਨਾਂ 'ਤੇ ਅਸੀਂ ਨੱਥ ਪਾ ਸਕਾਂਗੇ ਜੀ।